ਅਗਲੀ ਖਬਰ ਦਾ ਰੁਖ ਕਰ ਲੈਂਦੇ ਹਾਂ। ਹੋਲੇ ਮਹੱਲੇ ਦੇ ਤੀਜੇ ਦਿਨ ਸ੍ਰੀ ਅਨੰਦਪੁਰ ਸਾਹਿਬ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੀਆਂ ਨੇ ਤੇ ਉੱਥੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਇੱਥੇ ਸੰਗਤ ਦੀ ਵੱਡੀ ਗਿਣਤੀ ਦੇ ਵਿੱਚ ਤਾਦਾਦ ਨਜ਼ਰ ਆ ਰਹੀ ਹੈ ਤਾਂ ਹੋਲੇ ਮਹੱਲੇ ਦੇ ਵੱਖ ਵੱਖ ਰੰਗ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਵੇਖਣ ਨੂੰ ਮਿਲਿਆ ਤਾਂ ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਰੰਗਾਂ ਦੇ ਵਿੱਚ ਰੰਗੀ ਨਜ਼ਰ ਆ ਰਹੀ ਹੈ। ਉੱਥੇ ਹੀ ਅੱਜ 26 ਮਾਰਚ ਯਾਨੀ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਵੱਲੋਂ ਇੱਥੇ ਗੁਰੂ ਘਰ ਦੇ ਵਿੱਚ ਮੱਥਾ ਟੇਕਿਆ ਜਾਏਗਾ ਤਾਂ ਅੱਜ ਹੋਲੇ ਮਹੱਲੇ ਦੇ ਆਖਰੀ ਦਿਨ ਮਹੱਲਾ ਸਜਾਇਆ ਜਾਵੇਗਾ ਤੇ ਨਗਰ ਕੀਰਤਨ ਵੀ ਸਜਾਇਆ ਜਾਵੇਗਾ ਤਾਂ ਰੰਗ ਬਿਰੰਗੇ ਫੁੱਲਾਂ ਦੇ ਨਾਲ ਇੱਥੇ ਗੁਰੂ ਘਰ ਦੀ ਸਜਾਵਟ ਕੀਤੀ ਹੋਈ ਹੈ ਤਾਂ ਬਹੁਤ ਹੀ ਸੋਹਣੀਆਂ ਤਸਵੀਰਾਂ ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਰੰਗ ਬਿਰੰਗੇ ਫੁੱਲਾਂ ਦੇ ਨਾਲ ਸਜਾਵਟ ਕੀਤੀ ਹੈ। ਜਿੱਥੇ ਦੂਰ ਦੂਰੋਂ ਸੰਗਤ ਪਹੁੰਚੀ ਹੈ ਤਾਂ ਉੱਥੇ ਹੀ ਅਨੰਦਪੁਰ ਸਾਹਿਬ ਦੀ ਹੋਲੀ ਜਾਂ ਫਿਰ ਹੋਲਾ ਮਹੱਲਾ ਇੱਕ ਵੱਖਰਾ ਤੌਰ 'ਤੇ ਮਨਾਇਆ ਜਾਂਦਾ ਹੈ। ਇੱਥੇ ਤੁਸੀਂ ਦੇਖ ਪਾ ਰਹੇ ਹੋ ਕਿ ਸਿੰਗਰ ਜਿਹੜੇ ਇੱਕ ਦੂਸਰੇ 'ਤੇ ਰੰਗ ਲਗਾ ਰਹੇ ਨੇ। ਸੋ ਖਾਲਸਾ ਹੀ ਜਾਹੋ ਜਲਾਲ ਦੇ ਨਾਲ ਹੋਲਾ ਮਹੱਲਾ ਜਦੋਂ ਕੱਢਿਆ ਜਾਣਾ ਉਸ ਮੌਕੇ 'ਤੇ ਵੀ ਇੱਕ ਵੱਖਰਾ ਦ੍ਰਿਸ਼ ਤਾਂ ਇਹ ਹੋਲੇ ਮਹੱਲੇ ਮੌਕੇ ਇੱਕ ਦੂਸਰੇ 'ਤੇ ਰੰਗ ਲਗਾ ਕੇ ਹੋਲੀ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ। ਗੱਲਬਾਤ ਵੀ ਕਰਦੇ ਸਾਡੇ ਨਾਲ ਸਿੰਘ ਸਾਹਿਬ ਮੌਜੂਦ ਨੇ। ਖਾਲਸਾ ਜੀ, ਹਾਂਜੀ, ਹੋਲੇ ਮਹੱਲੇ ਦੇ ਮੁਬਾਰਕਾਂ ਜੀ। ਬਹੁਤ ਬਹੁਤ ਤੁਹਾਨੂੰ ਜੀ, ਬਹੁਤ ਬਹੁਤ ਹੋਲੇ ਮਹੱਲੇ ਦੀ ਮੁਬਾਰਕ। ਹਾਂਜੀ ਖਾਲਸਾ ਜੀ, ਕੀ ਕਹੋਗੇ ਤੁਸੀਂ ਹੋਲੇ ਮਹੱਲੇ ਮੌਕੇ 'ਤੇ ਦੂਰੋਂ ਦੂਰੋਂ ਸੰਗਤ ਪਹੁੰਚ ਰਹੀ ਅਤੇ ਅੱਜ ਤੁਸੀਂ ਹੋਲੇ ਮਹੱਲੇ ਮੌਕੇ ਇੱਥੇ ਪਹੁੰਚੇ ਹੋ ਕਿਉਂਕਿ ਵੱਖਰਾ ਹੀ ਰੰਗ ਹੈ ਅਨੰਦਪੁਰ ਸਾਹਿਬ ਦੀ ਧਰਤੀ 'ਤੇ? ਅਸੀਂ ਤਾਂ ਇਹੀ ਕਹੋਗੇ ਜੀ, ਸਾਰੀ ਸੰਗਤ ਆਵੇ ਅਤੇ ਹੋਲੇ ਮਹੱਲੇ ਦੇ ਵਿੱਚ ਰੌਣਕਾਂ ਵਧਾਉਣ ਆ ਕੇ ਸਾਰੇ ਪਰਿਵਾਰ ਸਮੇਤ ਆਏ ਹੋ ਇੱਥੇ? ਹਾਂਜੀ ਹਾਂਜੀ ਹਾਂਜੀ। ਕਿੰਨੇ ਦਿਨ ਹੋ ਗਏ ਤੁਹਾਨੂੰ? ਸਾਨੂੰ ਜੀ, ਅਸੀਂ ਕੱਲ੍ਹ ਤੋਂ ਆਏ ਹੋਏ ਹਾਂ ਹੋਲੇ ਮਹੱਲੇ 'ਚ ਅਤੇ ਹੋਲੇ ਮਹੱਲਾ ਖਤਮ ਹੋਣ ਤੱਕ ਹੀ ਅਸੀਂ ਇੱਥੇ ਰਹਿਣਾ। ਕੱਲ੍ਹ ਨੂੰ ਨਗਰ ਕੀਰਤਨ ਵੀ ਨਿਕਲਣਾ, ਉਸ ਮੌਕੇ ਵੀ ਇਹੋ ਜਿਹੇ ਰੰਗ ਰਹਿਣਗੇ? ਹਾਂਜੀ ਹਾਂਜੀ ਜੀ, ਇਹ ਤੋਂ ਵੱਧ ਚੜ ਕੇ ਰੰਗ ਇੱਦਾਂ ਹੀ ਰਹਾਂਗੇ ਜੀ। ਅਤੇ ਆਪ ਦੂਸਰੇ ਛੋਟੇ ਵੀਰ ਵੀਰ ਨਾਲ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਹਾਂਜੀ, ਕੀ ਕਹੋਗੇ? ਬਹੁਤ ਵਧੀਆ ਹੋ ਰਿਹਾ ਕੇ ਲੱਗਿਆ ਇੱਥੇ ਹੋਲਾ ਮਹੱਲਾ ਮਨਾ ਕੇ। ਕਿੱਦਾਂ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ, ਬਹੁਤ ਜ਼ਿਆਦਾ ਵਧੀਆ। ਕੀ ਸੰਦੇਸ਼ ਦੇਣਾ ਚਾਹੋਗੇ ਹੋਰਾਂ ਨੌਜਵਾਨਾਂ ਨੂੰ ਵੀ? ਪੂਰੇ ਹਰੇਕ ਕੋਈ ਆਵੇ ਤੇ ਹੋਵੇ ਹੱਲੀ ਖੇਲੇ ਉਰੇ ਤੇ ਦਰਸ਼ਨ ਕਰਕੇ ਜਾਵੇ ਗੁਰੂ ਪਿਤਾ ਜੀ ਦੇ ਤੇ ਇੱਥੇ ਹੋਲੇ ਮਹੱਲੇ ਦਾ ਵੀ ਆਨੰਦ ਮਾਣ ਕੇ ਜਾਵੇ। ਬਿਲਕੁਲ, ਜਿਹੜਾ ਇਹ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਹੋਲੇ ਮਹੱਲੇ ਮੌਕੇ ਸਾਰੇ ਇੱਥੇ ਆਉਣ ਅਤੇ ਵੱਧ ਚੜ ਕੇ ਹੋਲੇ ਮਹੱਲੇ ਮੌਕੇ ਗੁਰੂ ਘਰ ਨਤਮਸਤਕ ਹੋਣ ਤਾਂ ਜੋ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾ ਸਕੇ। ਕੈਮਰਾਮੈਨ ਅਸ਼ਵਨੀ ਦੇ ਨਾਲ ਗੁਰਪ੍ਰੀਤ ਸਿੰਘ, ਜ਼ੀ ਮੀਡੀਆ, ਅਨੰਦਪੁਰ ਸਾਹਿਬ।